ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜੋ 12ਵੀਂ ਜਮਾਤ ਦਾ ਬੇਟਾ ਤੁਹਾਡਾ ਸਲਾਨ ਸਲਾਨਾ ਪੇਪਰ ਹੋਏਗਾ ਸੋਸ਼ੀਓਲੋਜੀ ਦਾ ਠੀਕ ਹੈ ਉਮੀਦ ਹੈ ਤੁਹਾਡਾ ਪੇਪਰ ਬਹੁਤ ਵਧੀਆ ਗਿਆ ਹੋਏਗਾ ਸੌਖਾ ਸੀ ਤਾਂ ਉਹ ਆਪਾਂ ਤੁਹਾਡੇ ਲਈ ਹੱਲ ਕਰ ਦੇਾਂਗੇ ਤੁਸੀਂ ਆਪਣੇ ਜਿਹੜੇ ਉੱਤਰ ਹੈਗੇ ਇਹਦੇ ਨਾਲ ਮਿਲਾ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਕਿੰਨੇ ਅੰਕ ਇਸ ਪੇਪਰ ਦੇ ਵਿੱਚੋਂ ਆਉਣੇ ਹੈਗੇ ਸਭ ਤੋਂ ਪਹਿਲਾਂ ਆਪਾਂ ਆਬਜੈਕਟਿਵ ਟਾਈਪ ਕੁਐਸਚਨ ਦੇਖਦੇ ਹਾਂਗੇ MCQ ਉਸ ਦੀ ਆਪਣੇ ਕੋਲ ਨਿਮਨਲਿਖਤ ਪੱਦਰ ਸ਼ਰਾਬਖੋਰੀ ਦੀ ਅਵਸਥਾ ਨਹੀਂ ਹੈ ਵੀ ਤੈਦੇ ਲਈ ਆਪਣੇ ਕੋਲ ਆਉਣਾ ਸੀ ਨਾਜੁਕ ਵਿਸਥਾ ਤੰਬਾਕੂ 30%ਕ ਹੋਣ ਵਾਲੀ ਕਿਸ ਬਿਮਾਰੀ ਲਈ ਜ਼ਿੰਮੇਵਾਰ ਹੈ ਵੀ ਕੈਂਸਰ ਨਾਲ ਮੌਤ 2011 ਦੀ ਜਨਗਣਨਾ ਅਨੁਸਾਰ ਭਾਰਦ ਦਾ ਲਿੰਗਨੁਪਾਤ ਕਿਸ ਕਿਸ ਪ੍ਰਕਾਰ ਸੀ 943 ਪੰਜਾਬ ਵਿੱਚ ਸਭ ਤੋਂ ਘੱਟ ਲਿੰਗਨੁਪਾਤ ਕਿਹੜੇ ਜ਼ਿਲ੍ਹੇ ਵਿੱਚ ਹੈ ਵੀ ਹੁਸ਼ਿਆਰਪੁਰ ਪਰਿਵਾਰ ਦੀ ਸਰੰਚਨਾ ਵਿੱਚ ਬਦਲਾਅ ਬਨਨ ਵਿਰਧ ਵਿਅਕਤੀਆਂ ਨੂੰ ਕੀ ਮਹਿਸੂਸ ਹੁੰਦਾ ਹੈ ਕਿ ਉਹ ਅਣਗੋਲੇ ਮਹਿਸੂਸ ਕਰਦੇ ਨੇ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦਾ ਕਾਰਨ ਕੀ ਹੈ ਬੇਟਾ ਜੰਗਲਾਂ ਦੀ ਕਟਾਈ ਭੀਲ ਕਬੀਲਾ ਕਿਹੜੀ ਭਾਸ਼ਾ ਬੋਲਦੇ ਸੀ ਵੀ ਭੀਲੀ ਸਮੂਹ ਵਿੱਚ ਸਾਮੀ ਦਾ ਚੁਨਾਉ ਕੀ ਕਰੋਂਦਾਗਾ ਵੀ ਸਮੂਹ ਵਿਹਾ ਜਜਮਾਨੀ ਵਿਵਸਥਾ ਕਿਹੜੇ ਸਬੰਧਾਂ ਤੇ ਆਧਾਰਿਤ ਹੈ ਜਜਮਾਨ ਤੇ ਕਾਮੀ ਪਿੰਡੂ ਖੇਤरां ਤੋਂ ਸ਼ਹਿਰੀ ਖੇਤरां ਵਿੱਚ ਲੋਕਾਂ ਦੀ ਸਥਾਨ ਤਬਦੀਲੀ ਨੂੰ ਕੀ ਕਹਿੰਦੇ ਆ ਬੇਟਾ ਆਪਾਂ ਕੈਰੀ ਕਰਨਾ ਸ਼ਬਦ ਅਨੰਤਿਆਸ ਕੀ ਦਰਸਾਉਂਦਾਗਾ ਵੀ ਅਨਸੂਚਿਤ ਜਾਤੀ ਬੋਟੋ ਮੋਰ ਦਨ ਸਰ ਕਿਹੜੀ ਸਮਾਜਿਕ ਸਥਰੀਕਰਨ ਦੀ ਵਿਸ਼ੇਸ਼ਤਾ ਨਹੀਂ ਹੈਗੀ ਗੁਲਾਮੀ ਅਗਲਾ ਕੁਐਸਚਨ ਹੇਟ ਲਿਖਿਆ ਵਿੱਚੋਂ ਕਿਹੜੇ ਇੱਕ ਤਰ੍ਹਾਂ ਦੇ ਜੀਵਨ ਮੌਕੇ ਤੇ ਬਾਜ਼ਾਰੀ ਹਾਲਤਾਂ ਦਾ ਵਰਗ ਵਿਸ਼ਲੇਸ਼ਣ ਕਰਦੇ ਨੇ ਠੀਕ ਹੈ ਇਹ ਤੁਸੀਂ ਚੈੱਕ ਕਰ ਲਿਓ ਇੱਕ ਵਾਰ ਇਸ ਕੁਐਸਚਨ ਨੂੰ ਠੀਕ ਹੈ ਦਾ ਆਨਸਰ ਟਰਾਂਸ ਜੈਂਡਰ ਦਾ ਅਰਥ ਕੀ ਹੈ ਬੇਟਾ ਤੀਸਰਾ ਲਿੰਗੇਜਾ ਵਰਗ ਇਸਤਰੀਵਾਦ ਦਾ ਸਿਧਾਂਤ ਕਿਸ ਨੇ ਦਿੱਤਾ ਸੀ Karl Marx ਨੇ ਪਛਮੀਕਰਨ ਦੀ ਪ੍ਰਕਿਰਿਆ ਦਾ ਵਿਕਾਸ ਕਿਸ ਸਮੇਂ ਤੋਂ ਹੋਇਆ ਅੰਗਰੇਜ਼ੀ ਕਾਲ ਸਮੇਂ ਪਰਵਰਤਨ ਦੀ ਸੱਭਿਆਚਾਰਕ ਪ੍ਰਕਿਰਿਆ ਕਿਹੜੀ ਹੈਗੀ ਪਛਮੀਕਰਨ ਸੰਸਕ੍ਰਿਤੀਕਰਨ ਉਪਰਕਤ ਦੋਮ ਵਿਸ਼ਵੀਕਰਨ ਦਾ ਕੀ ਅਰਥ ਹੈ ਬੇਟਾ ਵਪਾਰ ਦੀ ਬੰਦਿਸ਼ ਵਿੱਚ ਘਾਟ ਤਕਨੀਕ ਦੀ ਸਾਨੀ ਇਹ ਦੋਨੋਂ ਸਹੀ ਨੇ ਅਗਲਾ ਕੁਐਸਚਨ ਸਤਿਆਸੋਧਕ ਅੰਦੋਲਨ ਦੇ ਪ੍ਰਤੀਨਿਧੀ ਕੌਣ ਸੀ ਵੀ ਜੋਤੀਰਾਵ ਫੁੱਲੇ ਆਤਮ ਸਨਮਾਨ ਅੰਦੋਲਨ ਕਿਸ ਨੇ ਚਲਾਇਆ ਸੀ ਡਾਕਟਰ ਅੰਬੇਦਕਰ ਨੇ ਇਹ ਤੁਹਾਡੇ एमसीक्यूसी ਇਸ ਤੋਂ ਬਾਅਦ 2 2 ਨੰਬਰ ਦੇ ਪ੍ਰਸ਼ਨ ਸੀ ਵੀ ਨਸ਼ਾ ਖੋਰੀ ਤੂੰ ਤੁਸੀਂ ਕੀ ਸਮਝਦੇ ਹੋ ਠੀਕ ਹੈ ਬਹੁਤ ਸੌਖਾ ਸੀ ਉਮੀਦ ਹੈ ਤੁਸੀਂ ਕਰਕੇ ਆਇਓਗੇ ਘਰੇਲੂ ਹਿੰਸਾ ਕੀ ਹੁੰਦੀ ਹੈਗੀ ਜਦੋਂ ਇੱਕ ਪਤੀ ਦੁਆਰਾ ਜਾਂ ਇੱਕ ਮਰਦ ਦੁਆਰਾ ਘਰ ਦੇ ਵਿੱਚ ਔਰਤਾਂ ਨੂੰ ਕੁੱਟਿਆ ਜਾਂ ਮਾਰਿਆ ਜਾਂਦਾ ਹੈਗਾ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ ਕੀ ਹੈ ਵੀ 58 ਸਾਲ ਕਬੀਲਾ ਸਮਾਜ ਤੋਂ ਕੀ ਭਾਵ ਹੈ ਜਿਹੜੇ ਲੋਕ ਜੰਗਲਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਨੇ ਜਿਵੇਂ ਗੌਂਡ ਕਬੀਲਾ ਹੋ ਗਿਆ ਭੀਲ ਹੋ ਗਿਆ ਸੰਥਾਲ ਹੋ ਗਿਆ ਜਿ ਦੀਵਾਨੀ ਵਿਵਸਥਾ ਕਿਹੜੇ ਸਬੰਧਾਂ ਦੇ ਆਧਾਰਿਤ ਹੈ ਵੀ ਜਿਹੜਾ ਆਪਾਂ ਕਰਕੇ ਇੰਜ ਜ਼ਮਾਨ ਤੇ ਨਾਤੀ ਠੀਕ ਹੈ ਇਹ ਤੁਸੀਂ ਚੈੱਕ ਕਰ ਲਿਓ ਵਰਣ ਕੀ ਹੈ ਵੀ ਵਰਣ ਦਾ ਮਤਲਬ ਹੁੰਦਾ ਜਾਤ ਪੱਛਮੀਕਰਨ ਦੇ ਆਰੰਭ ਦਾ ਸੂਚਕ ਕਿਸ ਕਾਲ ਨੂੰ ਕਹਿੰਦਾਗਾ ਵੀ ਇਹ ਤੁਸੀਂ ਅੰਗਰੇਜ਼ ਕਾਲ ਲਿਖ ਸਕਦੇ ਹੋਗੇ ਠੀਕ ਹੈ ਅੰਗਰੇਜ਼ੀ ਕਾਲ ਆਧੁਨਿਕ ਕਰਨ ਦੇ ਤਿੰਨ ਕਾਰਨ ਲੋਕਬਧੀਆਂ ਸਹੂਲਤਾਂ ਦੇ ਲਈ ਠੀਕ ਹੈ ਚੰਗੀ ਸਿੱਖਿਆ ਦੇ ਲਈ ਪਿੰਡਾਂ ਤੋਂ ਸ਼ਹਿਰਾਂ ਦੇ ਵੱਲ ਜਾ ਰਹੇ ਨੇ ਆਧੁਨਿਕ ਕਰਨ ਵਾਲੇ ਜਾ ਰਹੇ ਨੇ ਇਸ ਤੋਂ ਪੈਰੇ ਦੇ ਵਿੱਚੋਂ ਲੱਭ ਕੇ ਲਿਖਣੇ ਸੀ ਵੀ ਜਿਹੜੇ ਉੱਤਰ ਲਿਖਣੇ ਸੀ ਜਿਵੇਂ ਸ਼ਰਾਬ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਵੇ ਤਾਂ ਇਸ ਦਾ ਕੀ ਕੀ ਪ੍ਰਭਾਵ ਪੈਂਦਾ ਹੈ ਵੀ ਠੀਕ ਹੈ ਕਿ ਨਸ਼ਾ ਸੇਵਨ ਕਰਨ ਵਾਲਿਆਂ ਦੀ ਸਿਹਤ ਤੇ ਅਸਰ ਪਾਉਂਦਾਗਾ ਹਾਂ ਠੀਕ ਜੇ ਉਹ ਜ਼ਿਆਦਾ ਮਾਤਰਾ ਵਿੱਚ ਇਹਦਾ ਸੇਵਨ ਕਰਨ ਲੱਗ ਜੇ ਇਹਦਾ ਕੀ ਪੈਂਦਾਗਾ ਵੀ ਉਹਦੀ ਆਪਣੀ ਜਿੰਮੇ ਅ ਜਿੰਦਗੀ ਤੇ ਵੀ ਪ੍ਰਭਾਵ ਪੈਂਦਾ ਨਾਲ-ਨਾਲ ਉਸ ਦਾ ਜਿਹੜਾ ਘਰੇਲੂ ਠੀਕ ਹੈ ਉਹਨਾਂ ਦੇ ਉੱਪਰ ਵੀ ਪ੍ਰਭਾਵ ਪੈਂਦਾਗਾ ਠੀਕ ਹੈ ਆ ਦੇਖੋ ਠੀਕ ਹੈ ਉਹ ਉਹਦੇ ਲਈ ਨਹੀਂ ਸਿਰਫ ਉਹਦੇ ਉਹਦੇ ਲਈ ਨਹੀਂ ਉਹਦੇ ਪਰਿਵਾਰ ਦੇ ਲਈ ਵੀ ਹਾਨੀਕਾਰਕ ਹੈ ਕੀ ਤੁਸੀਂ ਸਮਝਦੇ ਹੋ ਕਿ ਸ਼ਰਾਬਕੋਰੀ ਸਮਾਜਿਕ ਸਮੱਸਿਆ ਹੈ ਹਾਂ ਸ਼ਰਾਬਖੋਰੀ ਇੱਕ ਸਮਾਜਿਕ ਸਮੱਸਿਆ ਹੈ। ਠੀਕ। ਚੌਥਾ ਸ਼ਰਾਬਖੋਰੀ ਹੌਲੀ-ਹੌਲੀ ਨਸ਼ੇ ਦੀ ਆਦਤ ਬਣ ਜਾਂਦੀ ਹੈ। ਠੀਕ ਹੈ। ਬਿਲਕੁਲ ਵੀ। ਠੀਕ ਹੈ। ਸ਼ੁਰੂ ਦੇ ਵਿੱਚ ਜਿਹੜਾ ਮਨੁੱਖ ਹੈਗਾ ਤਣਾਅ ਨੂੰ ਕੱਟ ਕਰਨ ਦੇ ਲਈ ਇਹਨੂੰ ਵਰਤਦਾ ਹੈਗਾ ਪਰ ਹੌਲੀ-ਹੌਲੀ ਉਸ ਦੀ ਇਹ ਆਦਤ ਬਣ ਜਾਂਦੀ ਹੈਗੀ। ਕੀ ਸਿਰਫ ਸਿਰਫ ਸਮਾਜਿਕ ਸਮੱਸਿਆ ਹੈ ਠੀਕ ਹੈ ਜਿਹੜੀ ਸ਼ਰਾਬਖੋਰੀ ਹੈ ਵੀ ਕੀ ਕਹੇ ਸਮਾਜਿਕ ਸਮੱਸਿਆ ਹੈਗੀ ਨਹੀਂ ਠੀਕ ਹੈ ਇਹ ਨੈਤਿਕ ਸਮੱਸਿਆ ਹੈ ਸਮਾਜਿਕ ਸਮੱਸਿਆ ਹੈਗੀ ਠੀਕ ਹੈ ਦੇਖੋ ਇਹ ਕੇਵਲ ਸਮਾਜਿਕ ਸਮੱਸਿਆ ਨਹੀਂ ਬਲਕਿ ਇੱਕ ਗੰਭੀਰ ਮਨੋਵਿਗਿਆਨਿਕ ਤੇ ਸਰੀਰਕ ਸਮੱਸਿਆ ਵੀ ਬਣ ਜਾਂਦੀ ਹੈਗੀ ਅਗਲਾ ਕੁਐਸਚਨ ਸੀ ਕੀ ਇਹ ਸਹੀ ਹੈ ਕਿ ਸ਼ੁਰੂ ਵਿੱਚ ਇਸ ਤਣਾ ਇਹ ਤਣਾ ਨੂੰ ਦੂਰ ਕਰਨ ਦੇ ਲਈ ਮੰਨਦੇ ਨੇ ਠੀਕ ਹੈ ਜਾਂ ਪੀਂਦੇ ਨੇ ਹਾਂ ਇਹ ਸਹੀ ਹੈ ਵੀ ਸ਼ੁਰੂ ਦੇ ਵਿੱਚ ਜਿਹੜੇ ਲੋਕ ਨੇ ਕਤਨਾ ਨੂੰ ਦੂਰ ਕਰ ਲਿਆ ਨੂੰ ਪੀਂਦੇ ਨੇ ਪਰ ਹੌਲੀ ਹੌਲੀ ਉਹਨਾਂ ਦੀ ਇਹ ਆਦਤ ਬਣ ਜਾਂਦੀ ਹੈਗੀ ਇਸ ਤੋਂ ਬਾਅਦ ਕੁਝ ਹੋਰ ਸਵਾਲ ਸੀ ਬੇਟਾ ਇਸਤਰੀ ਦਰ ਤੇ ਭਾਗੀਦਾਰੀ ਤੇ ਛੋਟਾ ਨੋਟ ਲਿਖੋ ਠੀਕ ਹੈ ਇਸਤਰੀ ਦਰ ਤੇ ਭਾਗੀਦਾਰੀ ਇਹਦਾ ਮਤਲਬ ਲਗਾ ਠੀਕ ਹੈ ਵੀ ਔਰਤਾਂ ਦੀ ਜਿਹੜੀ ਗਿਣਤੀ ਹੈਗੀ ਵੱਖ-ਵੱਖ ਕੰਮਾਂ ਦੇ ਵਿੱਚ ਉਸ ਨੂੰ ਵਧਾਉਣਾ ਠੀਕ ਹੈ ਜਿਵੇਂ ਲਿੰਗ ਨੂੰ ਪਾਤ ਹੈ ਉਸ ਨੂੰ ਬढ़ावा ਦੇਣਾ ਔਰਤਾਂ ਨੂੰ ਵੱਖ-ਵੱਖ ਕੰਮਾਂ ਦੇ ਵਿੱਚ ਪੜਨ ਦੇ ਵਿੱਚ ਬੜਾ ਆਵਾ ਦੀ ਨਾ ਇਸਤਰੀਆਂ ਦੇ ਅਧਿਕਾਰਾਂ ਲਈ ਕਿਸ ਤਰ੍ਹਾਂ ਦੇ ਅੰਦੋਲਨ ਦੀ ਲੋੜ ਹੈ ਠੀਕ ਹੈ ਕਿਹੜੇ ਅੰਦੋਲਨ ਦੀ ਲੋੜ ਹੈ ਵੀ ਦੇਖੋ ਇਹਨਾਂ ਨੇ ਕਿਹਾ ਕਿ ਇਸਤਰੀਆਂ ਨੂੰ ਸਸ਼ਕਤੀਕਰਨ ਕਰਨ ਦੀ ਲੋੜ ਹੈ ਕਿ ਠੀਕ ਹੈ ਉਹਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਇਸਤਰੀਆਂ ਨੂੰ ਸਾਫ ਕਿਵੇਂ ਮਿਲ ਸਕਦਾ ਵੀ ਠੀਕ ਹੈ ਉਹਨੂੰ ਬਰਾਬਰ ਨਿਆਂ ਦੇ ਕੇ ਤੇ ਸਮਾਨਤਾ ਦੇ ਕੇ ਠੀਕ ਹੈ ਇਸ ਤੋਂ ਬਾਅਦ ਵੱਡੇ ਕੁਐਸਚਨਸ ਵੀ ਤੁਹਾਡੇ ਉਮੀਦ ਹੈ ਤੁਸੀਂ ਕਰਕੇ ਆਓਗੇ ਵੀ ਵਰਗ ਤੋਂ ਤੁਸੀਂ ਕੀ ਸਮਝਦੇ ਹੋ ਪਿੱਤਰ ਪ੍ਰਧਾਨ ਤੋਂ ਕੀ ਪਾਵੈ ਜੰਗਲਾਂ ਦੀ ਕਟਾਈ ਹਰੀ ਕ੍ਰਾਂਤੀ ਸੌਖੇ ਸੌਖੇ ਜਿਹੇ ਕੁਐਸਚਨਸ ਈ ਹੈ ਉਮੀਦ ਹੈ ਤੁਸੀਂ ਇਸ ਤੋਂ ਬਾਅਦ ਦੋ ਕੁਐਸਚਨਸ ਵੀ ਤੁਹਾਡੇ 6-6 ਨੰਬਰ ਦੇ ਉਮੀਦ ਹੈ ਵੀ ਤੁਹਾਡੇ ਬਿਲਕੁਲ ਸਹੀ ਹੋਣੇ ਨੈਕਸਟ ਪੇਪਰ ਬੇਟਾ ਤੁਹਾਡਾ ਜਿਹੜਾ ਉਹ ਪੰਜਾਬੀ ਲਾਜ਼ਮੀ ਦਾ ਵੀ ਜਨਰਲ ਪੰਜਾਬੀ ਦਾ ਹੈ ਉਹਦੇ ਲਈ ਆਪਾਂ ਇੱਕ ਸੈਂਪਲ ਪੇਪਰ ਤੁਹਾਡੇ ਲਈ ਅਪਲੋਡ ਕੀਤਾਗਾ ਵੀਡੀਓ ਦੇ ਐਂਡ ਤੇ ਵੀ ਤੁਹਾਨੂੰ ਦਿਖਾਈ ਦੇਗਾ ਉਹ ਤੁਸੀਂ ਦੇਖ ਸਕਦੇ ਹੋ ਉਮੀਦ ਹੈ ਉਹਦੇ ਵਿੱਚੋਂ ਕਿਉਂਕਿ ਵਿਭਾਗ ਦੁਆਰਾ ਬਣਾਇਆ ਗਿਆ ਪੇਪਰ ਹੈਗਾ ਉਮੀਦ ਹੈ ਉਹਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਬਾਕੀ ਆਪਣੇ ਸਿਲੇਬਸ ਦੇ ਅਨੁਸਾਰ ਤੁਸੀਂ ਤਿਆਰੀ ਕਰੋ ਤਾਂ ਜੋ ਤੁਸੀਂ ਅਗਲੇ ਪੇਪਰ ਦੇ ਵਿੱਚ ਹੋਰ ਵਧੀਆ ਨੰਬਰ ਲੈ ਸਕੋ ਠੀਕ ਹੈ ਬੇਟਾ ਓਕੇ ਜੀ ਧੰਨਵਾਦ